ਇਹ ਕੋਵਿਡ ਜਿਹਨੇ ਪੰਜਾਬ ਨੂੰ ਔਰ ਪੂਰੇ ਹਿੰਦੁਸਤਾਨ ਨੂੰ ਔਰ ਦੁਨੀਆ ਨੂੰ ਦੱਬਿਆ ਹੋਇਆ ਹੈ। ਅਮਰੀਕਾ ਜੈਸੇ ਮੁਲਕ ਦੇ ਵਿੱਚ ਜਿੱਥੇ 8,45,000 ਬੰਦਿਆਂ ਨੂੰ ਕਰੋਨਾ ਹੈ ਔਰ 45,000 ਬੰਦੇ ਉੱਥੇ ਉਹਨਾਂ ਦੀ ਮੌਤ ਹੋਈ ਹੈ। ਅਤੇ ਜੈਸੇ ਆਪਾਂ ਨੇ ਕਰਾਇਆ ਪੰਜਾਬ 'ਚ ਇਹ ਲੋਕਡਾਊਨ ਔਰ ਬਾਹਰ ਜਾਣਾ ਮਾਸਕ ਵਗੈਰਾ ਪਾ ਕੇ ਇਹ ਨਹੀਂ ਕਰ ਰਹੇ। ਅੱਜ ਵੀ ਤੁਸੀਂ ਟੈਲੀਵਿਜ਼ਨ 'ਤੇ ਦੇਖੋ ਕਿ ਕਿਸ ਤਰੀਕੇ ਨਾਲ ਉਹੀ ਸੜਕਾਂ ਦੇ ਉੱਪਰ ਘੁੰਮੀ ਜਾਂਦੇ ਨੇ ਔਰ ਤਾਂ ਹੀ ਇਹ ਹਾਲ ਹੁੰਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਹੋ ਕੇ ਪੰਜਾਬ ਦੇ ਲੋਕਾਂ ਨੂੰ ਕਰਫਿਊ ਦੌਰਾਨ ਵੱਡੀ ਖੁਸ਼ਖਬਰੀ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੇ ਲੋਕਾਂ ਨੂੰ ਵੀ ਮਾਤ ਦੇ ਦਿੱਤੀ ਹੈ, ਕਿਉਂਕਿ ਅਮਰੀਕਾ 'ਚ 4.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਵਾਇਰਸ ਹੋਇਆ ਪਿਆ ਅਤੇ ਹੁਣ ਤੱਕ 45,000 ਲੋਕ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਕੇ ਮਰ ਜਾ ਚੁੱਕੇ ਨੇ। ਪਰ ਪੰਜਾਬ 'ਚ ਇਸ ਤੋਂ ਹਾਲਾਤ ਬਿਲਕੁਲ ਉਲਟ ਨੇ। ਅਜ਼ਰਾ ਸੁਣੋ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਬਾਰੇ ਕੀ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਇਹ ਕੋਵਿਡ ਜਿਹਨੇ ਪੰਜਾਬ ਨੂੰ ਔਰ ਪੂਰੇ ਹਿੰਦੁਸਤਾਨ ਨੂੰ ਔਰ ਦੁਨੀਆ ਨੂੰ ਦੱਬਿਆ ਹੋਇਆ ਹੈ, ਅੱਜ ਮੈਨੂੰ ਖੁਸ਼ਖਬਰੀ ਦਿੰਦੇ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਦੋ ਜ਼ਿਲ੍ਹੇ ਆਪਣੇ ਇੱਕ ਨਵਾਂਸ਼ਹਿਰ ਔਰ ਮੋਗਾ, ਤਿੰਨ ਪਹਿਲਾਂ ਹੀ ਆਪਣੇ ਹਲਕੇ ਗ੍ਰੀਨ ਨੇ ਤਾਂ 5 ਸਾਡੇ ਬਾਈਆਂ ਵਿੱਚੋਂ ਬਿਲਕੁਲ ਇਹ ਕੋਵਿਡ ਤੋਂ ਇੱਕ ਪਾਸੇ ਹੋ ਜਾਣਗੇ। ਤੋ ਅੱਜ ਇਹ ਅੱਛੀ ਖੁਸ਼ਖਬਰੀ ਹੈ। ਹੋਰ ਵੀ ਪੰਜਾਬ ਦੇ ਵਿੱਚ ਹਾਲਾਤ ਅੱਛੇ ਕੋਵਿਡ ਦੇ ਲੱਗ ਰਹੇ ਨੇ ਇਸ ਵੇਲੇ। ਤੁਹਾਡੀ ਹਿੰਮਤ ਹੈ, ਤੁਸੀਂ ਜਿਹੜੇ ਆਪਣੇ ਸੋਸ਼ਲ ਡਿਸਟੈਂਸਿੰਗ ਰੱਖ ਰਹੇ ਹੋ, ਆਪਣੇ ਘਰਾਂ 'ਚ ਰਹਿ ਰਹੇ ਹੋ, ਔਰ ਇਹ ਨਹੀਂ ਇਸ ਪੰਜਾਬ ਦੇ ਵਿੱਚ ਕੋਵਿਡ ਨੂੰ ਹਰਾਇਆ। ਅਮਰੀਕਾ ਜੈਸੇ ਮੁਲਕ ਦੇ ਵਿੱਚ ਜਿੱਥੇ 8,45,000 ਬੰਦਿਆਂ ਨੂੰ ਕਰੋਨਾ ਹੈ ਔਰ 45,000 ਬੰਦੇ ਉੱਥੇ ਉਹਨਾਂ ਦੀ ਮੌਤ ਹੋਈ ਹੈ, ਕਿਉਂਕਿ ਉਹ ਇਸ ਗੱਲ 'ਤੇ ਜੈਸੇ ਆਪਾਂ ਨੇ ਕਰਾਇਆ ਪੰਜਾਬ 'ਚ ਇਹ ਲੋਕਡਾਊਨ ਔਰ ਬਾਹਰ ਜਾਣਾ ਮਾਸਕ ਵਗੈਰਾ ਪਾ ਕੇ ਇਹ ਨਹੀਂ ਕਰ ਰਹੇ। ਅੱਜ ਵੀ ਤੁਸੀਂ ਟੈਲੀਵਿਜ਼ਨ 'ਤੇ ਦੇਖੋ, ਤੁਸੀਂ ਦੇਖੋਗੇ ਕਿ ਕਿਸ ਤਰੀਕੇ ਨਾਲ ਉਹੀ ਸੜਕਾਂ ਦੇ ਉੱਪਰ ਘੁੰਮੀ ਜਾਂਦੇ ਨੇ ਔਰ ਤਾਂ ਹੀ ਇਹ ਹਾਲ ਹੁੰਦਾ। ਤੁਸੀਂ ਪੰਜਾਬ ਨੂੰ ਬਚਾ ਲਿਆ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਚੱਲਦੇ ਰਹੋ ਤਾਂ ਕਿ ਆਪਣੇ ਸਾਰੇ ਪਰਿਵਾਰ ਸੁਖੀ ਰਹਿਣ ਔਰ ਆਪਣਾ ਪੰਜਾਬ ਨੂੰ ਇਸ ਬਿਮਾਰੀ ਨੂੰ ਜਲਦੀ ਉਹ ਕੱਢ ਕੇ ਬਾਹਰ ਮਾਰੇ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।